छोड़ करके देखती हाँ। केड़ी चीज? रुक मैं लेके आती हाँ। एक ही है? एक गिनतारा है, साड़ी मैडम जी ने सानू गिनतारी दे गिनती अते छोड़ कर सौखी तरह सिखाया है। मैनू भी सिखा दे। पहला एक गिनतारी विच इकाई वाली सिलाई विच छे अते दहाई वाली सिलाई विच दो मोती पावांगे। फिर दूजे गिनतारी विच इकाई वाली सिलाई विच दो मोती पावांगे अते दहाई वाली सिलाई विच तीन मोती पावांगे। हुण देख इक गिनतारा छत्ती मोतियां नूं अते दूजा गिनतारा बत्ती मोतियां नूं दर्शाउंदा है। ਦੋਵੇਂ ਗਿਣਤਾਰੀਆਂ ਦੇ ਇਕਾਈਆਂ ਵਾਲੇ ਮੋਤੀਆਂ ਨੂੰ ਇਕੱਠਾ ਜੋੜੋ ਅਤੇ ਇੱਕ ਸਿਲਾਈ ਵਿੱਚ ਪਾਵੋ। ਮੈਂ ਸਮਝ ਗਈ, ਹੁਣ ਦੋਵੇਂ ਗਿਣਤਾਰੀਆਂ ਦੇ ਦਹਾਈ ਵਾਲੇ ਮੋਤੀਆਂ ਨੂੰ ਇਕੱਠਾ ਜੋੜੋ ਅਤੇ ਇੱਕ ਹੀ ਸਿਲਾਈ ਵਿੱਚ ਪਾਓ। 20 + 30 ਬਰਾਬਰ 50। ਦੋਵੇਂ ਗਿਣਤਾਰਿਆਂ ਦੇ ਇਕਾਈਆਂ ਵਾਲੇ ਮੋਤੀਆਂ ਨੂੰ ਇਕੱਠਾ ਜੋੜੋ ਅਤੇ ਇੱਕ ਸਿਲਾਈ ਵਿੱਚ ਪਾਓ। 6 + 2 = 8। ਦੇਖ ਪਰਨੀ, ਇਕਾਈ ਵਾਲੀ ਸਿਲਾਈ ਵਿੱਚ 8 ਮੋਤੀ ਹਨ ਅਤੇ ਦਹਾਈ ਵਾਲੀ ਸਿਲਾਈ ਵਿੱਚ 5 ਮੋਤੀ ਹਨ। 5 ਦਹਾਈਆਂ ਅਤੇ 8 ਇਕਾਈਆਂ ਭਾਵ 50 + 8 = 58। ਇਸ ਲਈ ਮੇਰੇ ਕੋਲ 58 ਮੋਤੀ ਹਨ। ਪਿਆਰੇ ਬੱਚਿਓ, ਤੁਸੀਂ ਦੇਖਿਆ ਰਸਲੀਨ ਨੇ ਪਰਨੀਤ ਨੂੰ ਗਿਣਤਾਰੇ ਤੇ ਜੋੜ ਕਿਵੇਂ ਸਿਖਾਇਆ। ਆਓ ਦੋ ਹੋਰ ਸੰਖਿਆਵਾਂ ਨੂੰ ਗਿਣਤਾਰੇ ਤੇ ਜੋੜੀਏ। 54 + 32। ਦੇਖੋ ਬੱਚਿਓ, ਇੱਕ ਗਿਣਤਾਰੇ ਵਿੱਚ ਸੰਖਿਆ 54 ਅਨੁਸਾਰ ਮੋਤੀ ਪਾਵਾਂਗੇ। 4 ਇਕਾਈ ਦੇ ਸਥਾਨ ਤੇ ਅਤੇ 5 ਦਹਾਈ ਦੇ ਸਥਾਨ ਤੇ। ਦੂਜੇ ਗਿਣਤਾਰੇ ਵਿੱਚ ਸੰਖਿਆ 32 ਅਨੁਸਾਰ ਮੋਤੀ ਪਾਵਾਂਗੇ। 2 ਇਕਾਈ ਦੇ ਸਥਾਨ ਤੇ ਅਤੇ 3 ਦਹਾਈ ਦੇ ਸਥਾਨ ਤੇ। ਫਿਰ ਦੋਵੇਂ ਗਿਣਤਾਰਿਆਂ ਦੇ ਇਕਾਈ ਵਾਲੇ ਸਥਾਨ ਦੇ ਮੋਤੀਆਂ ਨੂੰ ਇਕੱਠਾ ਕਰ ਦੇਵਾਂਗੇ ਅਤੇ ਇੱਕੋ ਸਿਲਾਈ ਵਿੱਚ ਪਾ ਦੇਵਾਂਗੇ। ਫਿਰ ਦੋਵੇਂ ਗਿਣਤਾਰਿਆਂ ਦੇ ਦਹਾਈ ਵਾਲੇ ਸਥਾਨ ਦੇ ਮੋਤੀਆਂ ਨੂੰ ਇਕੱਠਾ ਜੋੜਾਂਗੇ ਅਤੇ ਇੱਕੋ ਸਿਲਾਈ ਵਿੱਚ ਪਾ ਦੇਵਾਂਗੇ। ਹੁਣ ਗਿਣਤਾਰੇ ਵਿੱਚ 8 ਦਹਾਈਆਂ ਅਤੇ 6 ਇਕਾਈਆਂ ਭਾਵ ਦਹਾਈ ਦੇ ਸਥਾਨ ਤੇ 8 ਮੋਤੀ ਅਤੇ ਇਕਾਈ ਦੇ ਸਥਾਨ ਤੇ 6 ਮੋਤੀ ਹਨ। ਇਸ ਲਈ 54 + 32 ਬਣ ਗਿਆ 86। ਬੱਚਿਓ, ਤੁਸੀਂ ਵੀ ਗਿਣਤਾਰੇ ਤੇ ਇਸੇ ਤਰ੍ਹਾਂ ਜੋੜ ਕਰਕੇ ਦੇਖਣਾ। ਧੰਨਵਾਦ ਜੀ।
ਏਕਮ ਨੇ 36 ਨੂੰ 80, 30 ਅਤੇ 6 ਵਿੱਚ ਤੋੜਾਂਗੇ। ਫਿਰ 30 + 30 + 6, 30 ਵਿੱਚ 30 ਜੋੜੇ ਹੋ ਗਏ 60, 60 ਵਿੱਚ 6 ਜੋੜੀ ਹੋ ਗਈ 60। ਜੋੜਨ ਲਈ ਜੇ ਅਸੀਂ ਇੱਕ ਸੰਖਿਆ ਨੂੰ ਤੋੜ ਲਵਾਂਗੇ ਤਾਂ ਜੋੜ ਕਰਨਾ ਆਸਾਨ ਹੋ ਜਾਂਦਾ ਹੈ। ਜਿਵੇਂ 64 ਵਿੱਚ 28 ਜੋੜਨੇ ਹਨ ਤਾਂ ਅਸੀਂ 28 ਨੂੰ 2 ਭਾਗਾਂ ਵਿੱਚ ਤੋੜ ਦੇਵਾਂਗੇ, 20 ਅਤੇ 8। ਹੁਣ ਅਸੀਂ ਪਹਿਲਾਂ 64 ਵਿੱਚ 20 ਜੋੜਾਂਗੇ ਅਤੇ ਫਿਰ ਜੋੜਾਂਗੇ 8। 64 + 20 = 84, 84 + 8 = 92। ਇਸ ਤਰ੍ਹਾਂ ਦਾ ਜੋੜ ਬਹੁਤ ਆਸਾਨ ਹੈ। ਹਾਂ ਸਿੱਪੀ, ਕੀ ਤੂੰ ਇਹਨਾਂ ਦੋ ਸੰਖਿਆਵਾਂ ਨੂੰ ਇਸੇ ਤਰੀਕੇ ਨਾਲ ਜੋੜ ਸਕਦੀ ਹੈ? 125 + 29। ਕੋਸ਼ਿਸ਼ ਕਰਦੀ ਹਾਂ। ਪਹਿਲਾਂ ਮੈਂ 29 ਨੂੰ 2 ਭਾਗਾਂ ਵਿੱਚ ਤੋੜਾਂਗੀ, 20 ਅਤੇ 9। ਫਿਰ ਮੈਂ 125 ਵਿੱਚ 20 ਜੋੜਾਂਗੀ। 125 + 20 = 145। ਫਿਰ ਮੈਂ 145 ਵਿੱਚ 9 ਜੋੜਾਂਗੀ।
ਸੋਹਣੇ ਨੇ। ਹਾਂਜੀ ਸੁੱਪੀ ਦੀਦੀ, ਇਹ ਤਾਂ ਬਹੁਤ ਹੀ ਸੋਹਣੇ ਲੱਗ ਰਹੇ ਨੇ। ਰੰਗ ਬਿਰੰਗੇ ਚਮਕਦਾਰ, ਤੁਸੀਂ ਇਹ ਮੋਤੀ ਕਿੱਥੋਂ ਲਏ ਨੇ? ਮੰਮੀ, ਇਹ ਮੇਰੀ ਇੱਕ ਪੁਰਾਣੀ ਮਾਲਾ ਦੇ ਮੋਤੀ ਹਨ। ਮੇਰੀ ਨਾਨੀ ਜੀ ਇਹ ਦਿੱਲੀ ਤੋਂ ਲੈ ਕੇ ਆਏ ਸੀ। ਮੇਰੇ ਛੋਟੇ ਭਰਾ ਨੇ ਖੇਡਦੇ ਖੇਡਦੇ ਮਾਲਾ ਤੋੜ ਦਿੱਤੀ। ਅੱਛਾ ਦੀਦੀ ਜੀ, ਮੈਨੂੰ ਇਹ ਮੋਤੀ ਬਹੁਤ ਸੋਹਣੇ ਲੱਗੇ ਹਨ। ਕੀ ਤੁਸੀਂ ਮੈਨੂੰ ਥੋੜੇ ਮੋਤੀ ਦੇ ਸਕਦੇ ਹੋ? ਹਾਂ ਮੰਮੀ। ਪਿਆਰੇ ਬੱਚਿਓ, ਤੁਸੀਂ ਦੇਖਿਆ ਸੁਪ੍ਰੀਤ ਕੌਰ 46 ਮੋਤੀ ਸੀ, ਉਸਨੇ 22 ਮੋਤੀ ਮਨਮੀਤ ਨੂੰ ਦੇ ਦਿੱਤੇ। ਹੁਣ ਉਸ ਕੋਲ ਕਿੰਨੇ ਮੋਤੀ ਬਚੇ? ਆਓ ਗਿਣਤਾਰੇ ਦੀ ਮਦਦ ਨਾਲ ਜਾਣੀਏ। ਬੱਚਿਓ, ਅਸੀਂ ਗਿਣਤਾਰੇ ਵਿੱਚ ਸੰਖਿਆ 46 ਅਨੁਸਾਰ ਮੋਤੀ ਪਾਵਾਂਗੇ। ਇਕਾਈ ਵਾਲੇ ਸਥਾਨ ਤੇ 6 ਅਤੇ ਦਹਾਈ ਵਾਲੇ ਸਥਾਨ ਤੇ 4 ਮੋਤੀ ਪਾਵਾਂਗੇ। ਹੁਣ ਅਸੀਂ ਸੰਖਿਆ 22 ਅਨੁਸਾਰ ਮੋਤੀ ਬਾਹਰ ਕੱਢ ਦੇਵਾਂਗੇ। ਇਕਾਈ ਦੇ ਸਥਾਨ ਵਿੱਚੋਂ 2 ਮੋਤੀ ਬਾਹਰ ਕੱਢਾਂਗੇ। ਦੇਖੋ ਬੱਚਿਓ, ਗਿਣਤਾਰੇ ਤੇ ਇਕਾਈ ਦੇ ਸਥਾਨ ਤੇ 6 ਮੋਤੀ ਸਨ ਅਤੇ 2 ਮੋਤੀ ਬਾਹਰ ਕੱਢ ਲਏ ਤਾਂ 4 ਮੋਤੀ ਰਹਿ ਗਏ। ਹੁਣ ਅਸੀਂ ਦਹਾਈ ਦੇ ਸਥਾਨ ਤੋਂ 2 ਮੋਤੀ ਬਾਹਰ ਕੱਢਾਂਗੇ। ਦੇਖੋ ਬੱਚਿਓ, ਗਿਣਤਾਰੇ ਤੇ ਦਹਾਈ ਦੇ ਸਥਾਨ ਤੇ 4 ਮੋਤੀ ਸਨ, 2 ਮੋਤੀ ਬਾਹਰ ਕੱਢ ਲਏ ਤਾਂ ਬਾਕੀ ਬਚੇ 2 ਮੋਤੀ। ਹੁਣ ਗਿਣਤਾਰੇ ਤੇ ਸੰਖਿਆ ਦੇਖੋ, 2 ਦਹਾਈਆਂ 4 ਇਕਾਈਆਂ, ਇਸ ਲਈ 46 ਘਟਾਓ 22 ਬਰਾਬਰ ਹੈ 24 ਦੇ। ਆਓ 2 ਹੋਰ ਸੰਖਿਆਵਾਂ ਨੂੰ ਗਿਣਤਾਰੇ ਦੀ ਮਦਦ ਨਾਲ ਘਟਾਈਏ। 95 ਘਟਾਓ 40, ਇੱਥੇ ਸੰਖਿਆ 95 ਅਨੁਸਾਰ ਗਿਣਤਾਰੇ ਵਿੱਚ ਮੋਤੀ ਪਾਵਾਂਗੇ। ਹੁਣ ਸੰਖਿਆ 40 ਅਨੁਸਾਰ ਗਿਣਤਾਰੇ ਵਿੱਚੋਂ ਮੋਤੀ ਕੱਢਾਂਗੇ। ਦੇਖੋ, ਸੰਖਿਆ 40 ਵਿੱਚ ਇਕਾਈ ਦੇ ਸਥਾਨ ਤੇ 0 ਹੈ, ਇਸ ਲਈ ਅਸੀਂ ਗਿਣਤਾਰੇ ਵਿੱਚੋਂ ਇਕਾਈ ਵਾਲੇ ਸਥਾਨ ਵਿੱਚੋਂ ਕੋਈ ਮੋਤੀ ਨਹੀਂ ਕੱਢਾਂਗੇ। ਸੰਖਿਆ 40 ਵਿੱਚ ਦਹਾਈ ਦੇ ਸਥਾਨ ਤੇ 4 ਹੈ, ਇਸ ਲਈ ਦਹਾਈ ਦੇ ਸਥਾਨ ਤੋਂ 9 ਮੋਤੀਆਂ ਵਿੱਚੋਂ 4 ਮੋਤੀ ਬਾਹਰ ਕੱਢ ਲਵਾਂਗੇ। ਹੁਣ ਦੇਖੋ ਬੱਚਿਓ, ਗਿਣਤਾਰੇ ਤੇ ਕਿੰਨੇ ਮੋਤੀ ਰਹਿ ਗਏ?
ਬਿਲਕੁਲ ਠੀਕ ਬੱਚਿਓ। ਇਕਾਈ ਦੇ ਸਥਾਨ ਤੇ ਪੰਜ ਅਤੇ ਦਹਾਈ ਦੇ ਸਥਾਨ ਤੇ ਵੀ ਪੰਜ ਮੋਤੀ ਰਹਿ ਗਏ ਹਨ। ਸੰਖਿਆ ਬਣੀ 55। ਭਾਵ 95 ਘਟਾਓ 40 ਬਰਾਬਰ ਹੈ 55 ਦੇ। ਬੱਚਿਓ ਤੁਸੀਂ ਹੋਰ ਸੰਖਿਆਵਾਂ ਨੂੰ ਵੀ ਇਸੇ ਤਰ੍ਹਾਂ ਗਿਣਤਾਰੇ ਤੇ ਘਟਾ ਕੇ ਦੇਖ ਸਕਦੇ ਹੋ।
ਜੀ।